जग जगत में झूठी देखी प्रीत 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 अपने ही सो
हर बिन तेरो
ਵਾਹਿਗੁਰੂ ਜੀ ਗੁਰੂ ਰੂਪ ਸਾਧ ਸੰਗਤ ਜੀ ਸਾਡੇ ਵੱਡੇ ਭਾਗ ਹਨ ਅਸੀਂ ਸਤਸੰਗ ਵਿੱਚ ਪਹੁੰਚੇ ਹਾਂ ਸਤਿਗੁਰੂ ਜੀ ਬਾਣੀ ਰਾਹੀਂ ਸਮਝਾਉਣਾ ਕਰਦੇ ਹਨ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁੱਖ ਜੁੜੇ ਪਰਮਾਤਮਾ ਦੀ ਬਹੁਤ ਕਿਰਪਾ ਹੁੰਦੀ ਹੈ ਤਾਂ ਹੀ ਕੋਈ ਮਨੁੱਖ ਸਤਸੰਗ ਵਿੱਚ ਪਹੁੰਚਦਾ ਹੈ ਨਿਤ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਅਤੇ ਸਤਸੰਗ ਮਿਲੇ ਗੁਰੂ ਜੀ ਕਹਿੰਦੇ ਹਨ ਜਿਹੜੇ ਸਾਧ ਜਨਾ ਤੇ ਬਾਹਰੀ ਜਿਹੜੇ ਸਤਸੰਗ ਵਿੱਚ ਨਹੀਂ ਪਹੁੰਚਦੇ ਕੀ ਹੁੰਦੇ ਨੇ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਕਲੀਆਂ ਰਹਿੰਦੀਆਂ ਹਨ ਤਿੰਨ ਦੁੱਖ ਨਾ ਕਬਹੂ ਉਤਰੇ ਸੇ ਜੰਮ ਕੇ ਵਸ ਪੜੀਆਂ ਦੁੱਖ ਸਹਿੰਦੀਆਂ ਹਨ ਜਨਮ ਮਰਨ ਦੇ ਗੇੜ ਵਿੱਚ ਪਈਆਂ ਰਹਿੰਦੀਆਂ ਹਨ ਗੁਰੂ ਜੀ ਕਹਿੰਦੇ ਨੇ ਤੁਸੀਂ ਇਸ ਗੇੜ ਚੋਂ ਨਿਕਲੋ ਭਾਈ ਕੀ ਕਰਨਾ ਕਰੋ ਸਤਸੰਗ ਵਿੱਚ ਆਓ ਅੰਚਲ ਗਹਿ ਕੇ ਸਾਧ ਕਾ ਤਰਨਾ ਇਹ ਸੰਸਾਰ ਇਹ ਸੰਸਾਰ ਸਾਗਰ ਵਿੱਚੋਂ ਪਾਰ ਕਰਨ ਵਿੱਚ ਕੀ ਕਰਨਾ ਹੈ ਸਤਸੰਗ ਵਿੱਚ ਜਾਣਾ ਹੈ ਗੁਰਮੁਖਾਂ ਦਾ ਅੰਚਲ ਫੜਨਾ ਹੈ ਉਹਨਾਂ ਨੂੰ ਕਲਾਵੇ 'ਚ ਲੈਣਾ ਹੈ ਉਹਨਾਂ ਦੀ ਗੱਲ ਮੰਨਣੀ ਹੈ ਅੰਚਲ ਗਹਿ ਕੇ ਪਕੜ ਕੇ ਸਾਧ ਕਾ ਤਰਨਾ ਇਹ ਸੰਸਾਰ ਅਤੇ ਸੰਸਾਰ ਵਿੱਚ ਗੁਰਦੁਆਰੇ ਆਵਾਂਗੇ ਕੀ ਹੋਏਗਾ ਭਾਈ ਸਾਹਿਬ ਸਾਡੀ ਵੀ ਅਰਦਾਸ ਕਰਨਗੇ ਸਤਸੰਗ ਦੀ ਸਾਡੀ ਪਰਿਵਾਰ ਦੀ ਵੀ ਅਰਦਾਸ ਹੋ ਜਾਏਗੀ ਨਿਤਨੇਮ ਦੀ ਅਰਦਾਸ ਹੋ ਜਾਏਗੀ ਅੰਮ੍ਰਿਤ ਵੇਲੇ ਜਾਗਣ ਦੀ ਅਰਦਾਸ ਹੋਏਗੀ ਇਹ ਸਾਈਕਲ ਸਾਡਾ ਬਣਿਆ ਰਹੇਗਾ ਅਤੇ ਅਸੀਂ ਇਸ ਸਾਗਰ ਤੋਂ ਪਾਰ ਤਰ ਜਾਵਾਂਗੇ ਆਓ ਅਰਦਾਸ ਕਰੀਏ ਇਹ ਬੇਨਤੀ ਦਾ ਸ਼ਬਦ ਹੈ ਧੰਨਵਾਦ ਦਾ ਵੀ ਸ਼ਬਦ ਹੈ ਕਿ ਅਸੀਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਅਸੀਂ ਸਤਸੰਗ ਵਿੱਚ ਪਹੁੰਚੇ ਹਾਂ ਹੁਣ ਸਤਸੰਗ ਵਿੱਚ ਅਸੀਂ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਿਰਪਾ ਕਰੋ ਸਾਡਾ ਅੰਮ੍ਰਿਤ ਵੇਲਾ ਹੋ ਜਾਏ ਸਾਡਾ ਨਿਤਨੇਮ ਹੋ ਜਾਏ ਆਓ ਜੀ ਸ਼ਬਦ ਨਾਲ ਜੁੜਨਾ ਕਰੀਏ ਜੀ ਜਿਨ ਕੇ ਪਾ
जिनके पाग बड़े Thank you.
जी का खालसा वाहिगुरु जी की फतेह। Come on.
प्यार साहिब फतेह बुलाओ जी। वाहेगुरु जी का खालसा, वाहेगुरु जी की फतेह। माता गुजर कौर जी सेवक जत्था रणजीत नगर तो हर साल गुरु तेग बहादुर पातशाह जी के इन समागम के इस जत्थे की बड़ी भरवी हाजरी होंदी है। और इस साल भी बेनती नूं प्रवान करदे हां सारा माता गुजर कौर बीबियां का जत्था बड़े प्यार बड़े सुर विच बड़ी ताल और लय दे विच इन्हां सारिआं ने सतगुरु गुरु तेग बहादुर साहिब जी के चरणां च हाजरी लवाई है। अमृत रसेवा सोसायटी वालों इत्थे दी गुरुद्वारा प्रबंधक कमेटी वालों सर्वस्त संगतां वालों आप जी नूं बड़े अदब दे नाल जी आया कहिंदे होए बहुत बहुत धन्नवाद। सारिआं दे शुक्रगुजार आप जी ने समां कढ के शब्द कीर्तन की हाजरी इत्थे भरी है। आओ सतगुरु गुरु तेग बहादुर पातशाह जी की पवित्र बाणी श्लोक महला नौवां सतगुरु शीस ते हथ रख के सारिआं कोलों सेवा लैण आरंभ करन जा रहे हैं जी। वाहिगुरु जी का खालसा, वाहिगुरु जी की फतेह।